ਦੇਸ਼ ਭਰ 'ਚ ਮਾਤਾ ਸੀਤਲਾ ਦਾ ਜਨਮ ਦਿਨ ਅੱਜ ਸ਼ਰਧਾ ਅਤੇ ਉਲਾਸ ਨਾਲ ਮਨਾਇਆ ਜਾ ਰਿਹਾ। ਸੰਗਤਾਂ ਵੱਲੋਂ ਮਾਂ ਸੀਤਲਾ ਦੇ ਮੰਦਰ ਦੇ ਵਿੱਚ ਭੰਡਾਰੇ ਲਾਏ ਗਏ ਹਨ, ਹਵਨ ਯੱਗ ਕੀਤੇ ਗਏ। ਮਾਂ ਸੀਤਲਾ ਸਭ ਦੇ ਬੱਚਿਆਂ ਦੀ ਮਾਂ ਹੈ, ਬੱਚਿਆਂ ਨੂੰ ਤੰਦਰੁਸਤੀ ਦੇਣ ਵਾਲੀ ਮਾਂ, ਸਭ ਕੇ ਬੱਚਿਆਂ ਦੀ ਸਲਾਮਤੀ ਰੱਖੇ, ਬੱਚਿਆਂ ਨੂੰ ਤੰਦਰੁਸਤ ਰੱਖੇ, ਸਿਹਤਮੰਦ ਰੱਖੇ, ਇਸ ਲਈ ਮਾਂ ਸੀਤਲਾ ਦੀ ਪੂਜਾ ਕੀਤੀ ਜਾਂਦੀ ਹੈ। ਮਾਂ ਸੀਤਲਾ ਦੇ ਸਮਾਣਾ ਸ਼ਹਿਰ ਦੇ ਤਹਿਸੀਲ ਦੇ ਸਾਹਮਣੇ ਮਾਤਾ ਸੀਤਲਾ ਦੇ ਮੰਦਰ ਦੇ ਵਿੱਚ ਅੱਜ ਰੌਣਕਾਂ ਲੱਗੀਆਂ। ਸੰਗਤਾਂ ਨੂੰ ਲੰਗਰ ਖਿਲਾਇਆ ਜਾ ਰਿਹਾ, ਹਵਨ ਯੱਗ ਕੀਤੇ ਗਏ, ਭਜਨ ਕੀਤੇ ਜਾ ਰਹੇ ਹੈ। ਢਿੱਲੋਂ ਕਲੋਨੀ ਸਮਾਣਾ ਦੇ ਵਿੱਚ ਵੀ ਮਾਂ ਸੀਤਲਾ ਦੇ ਮੰਦਰ ਦੇ ਵਿੱਚ ਇੱਕ ਸਮਾਗਮ ਕੀਤਾ ਗਿਆ, ਜਿਸ ਦੇ ਵਿੱਚ ਮਾਤਾ ਦਾ ਗੁਣਗਾਨ ਕੀਤਾ ਗਿਆ, ਮਾਤਾ ਦੇ ਜੈਕਾਰੇ ਲਾਏ ਗਏ, ਉੱਥੇ ਵੀ ਲੰਗਰ ਲਗਾਇਆ ਗਿਆ। ਮਾਦਾ ਦਰਸ਼ਨ ਪਾਣਾ ਚਾਹੇ ਮੀਬਰ ਸੇ ਆਓਲੇ, ਹੋ ਮਾਦਾ ਮੰਦਰ ਉੱਚੀ ਗਾਡੀ ਮੇਥੋ ਚੜਿਆ ਜਾਵੇ, ਮਾਦਾ ਮੰਦਰ ਉੱਚੀ ਗਾਡੀ ਮੇਥੋ ਚੜਿਆ ਜਾਵੇ, ਹੋ ਮੇਰਾ ਦਿਲ ਤਾਂ ਇੰਜ ਕਰਦਾ ਮਾਂ ਆ ਕੇ ਆਪ ਚੜਾਵੇ, ਇਹ ਮੇਰਾ ਦਿਲ ਤਾਂ ਇੰਜ ਕਰਦਾ ਮਾਂ ਆ ਕੇ ਆਪ ਚੜਾਵੇ, ਚੜਾਈਆਂ ਚੜਦੇ ਜਾਣਾ ਏ ਚਾਹੇ ਮੀਬਰ ਸੇ ਆਓਲੇ, ਚੜਾਈਆਂ ਚੜਦੇ ਜਾਣਾ ਦੇ ਲੰਬੇ ਬਾਲ ਪੈਰਾਂ ਦਾ ਲੰਬਾ ਲਾਇਓ, ਮੇਰੀ ਮਾਂ ਦੇ ਲੰਬੇ ਬਾਲ ਪੈਰਾਂ ਦਾ ਲੰਬਾ ਲਾਇਓ, ਤੁਮ ਜੰਮੂ ਸ਼ਹਿਰ ਮੇ ਜਾਇਓ ਮੇਰੀ ਮਾਂ ਦਾ ਮੁਕਟ ਲਿਆਇਓ, ਤੁਮ ਜੰਮੂ ਸ਼ਹਿਰ ਮੇ ਜਾਇਓ ਮੇਰੀ ਮਾਂ ਦਾ ਮੁਕਟ ਲਿਆਇਓ, ਮੁਕਟ ਦਾ ਰੰਗ ਲਾਲ ਪੈਰਾਂ ਦਾ ਲੰਬਾ ਲਾਇਓ, ਮੁਕਟ ਦਾ ਰੰਗ ਲਾਲ ਪੈਰਾਂ ਦਾ ਲੰਬਾ ਲਾਇਓ, ਮੇਰੀ ਮਾਂ ਦੇ ਲੰਬੇ ਬਾਲ ਪੈਰਾਂ ਦਾ ਲੰਬਾ ਲਾਇਓ, ਮੇਰੀ ਮਾਂ ਦੇ ਲੰਬੇ ਬਾਲ ਪੈਰਾਂ ਦਾ ਲੰਬਾ ਲਾਇਓ, ਮਾਤਾ ਜੀ ਦਾ ਭੰਡਾਰਾ। ਮਾਤਾ ਜੀ ਦਾ ਜਨਮ ਦਿਨ ਹਰ ਸਾਲ 17 ਤਰੀਕ ਨੂੰ ਜਨਵਰੀ ਨੂੰ ਇੱਦਾਂ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਜਿੱਦਾਂ ਤੁਸੀਂ ਦੇਖ ਰਹੇ ਹੋ, ਸੰਗਤਾਂ ਵੱਧ ਚੜ੍ਹ ਕੇ ਆ ਕੇ ਮਹਾਮਾਈ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੀਆਂ ਨੇ। ਅਸੀਂ ਸਾਰੇ ਸ਼ਹਿਰ ਨੂੰ ਅਪੀਲ ਕਰਦੇ ਹਾਂ ਵੀ ਆ ਕੇ ਮਾਤਾ ਰਾਣੀ ਦਾ ਆਸ਼ੀਰਵਾਦ ਲਓ ਅਤੇ
ਹਵਨ ਯੱਗ 'ਚ ਆ ਕੇ ਆਪਣੀ ਪੂਰਨ ਹੂਤੀ ਪਾਓ ਅਤੇ ਸੰਗਤ ਸਾਰੀ ਵਾਸਤੇ ਲੰਗਰ ਤਿਆਰ ਹੈ, ਆ ਕੇ ਲੰਗਰ ਛਕੋ ਅਤੇ ਮਾਤਾ ਜੀ ਦਾ ਆਸ਼ੀਰਵਾਦ ਪ੍ਰਾਪਤ। आज शीतला माँ का जन्मदिन मनाया जा रहा है, ज्यादा से ज्यादा संगत हर साल यहाँ पर उपस्थित हो, हाजिरी लगाएं और माँ का अपरंपार जो आशीर्वाद है सारे भक्तों पर बना रहे, आए और माँ का आशीर्वाद लें। यही कहना चाहते हैं सारे जितने भक्त जन है, हाथ जोड़ के विनती है ज्यादा से ज्यादा माता दे जन्मदिन पे शामिल होया करें, सारी संगत की यही विनती है। कैमरामैन बीके गर्ग के नाल पुरुषोत्तम कौशिक, समाणा न्यूज़।